ਘਰ ਛੁੱਟੀ ਦੇ ਉੱਤੇ ਆਏ ਇੱਕ ਫੌਜੀ ਤੇ ਜਾਨਲੇਵਾ ਹਮਲਾ। ਮਾਮੂਲੀ ਗੱਲ ਨੂੰ ਲੈ ਕੇ ਹੋਈ ਸੀ ਖੂਨੀ ਝੜਪ। ਕੱਟ ਦਿੱਤੀ ਵਿਚਾਰੇ ਦੀ ਬਾਂਹ। ਤਾਂ ਹੁਸ਼ਿਆਰਪੁਰ ਦੇ ਦਸੂਹਾ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪਿੰਡ ਦੇ ਵਿੱਚ ਦੋ ਪਰਿਵਾਰਾਂ ਦੀ ਲੜਾਈ ਹੁੰਦੀ ਹੈ, ਜਿਹੜੀ ਕਿ ਖੂਨੀ ਰੂਪ ਧਾਰ ਕਰ ਲੈਂਦੀ ਹੈ। ਜਿਸ ਤੋਂ ਬਾਅਦ ਜਿਹੜਾ ਇੱਕ ਫੌਜੀ ਜਵਾਨ ਹੈ, ਇੱਕ ਪਰਿਵਾਰ ਦਾ ਵਿਅਕਤੀ ਹੈ, ਉਹ ਜਦੋਂ ਆਉਂਦਾ ਹੈ ਲੜਾਈ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਆ ਕੇ ਉਸ ਦੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਉਸਦੀ ਬਾਂਹ ਤੱਕ ਵੱਢ ਦਿੱਤੀ ਜਾਂਦੀ ਹੈ। ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਜਿਹੜਾ ਕਿ ਪੀੜਤ ਫੌਜੀ ਹੈ, ਉਸਦੇ ਭਰਾ ਹੈ, ਉਸ ਦੀ ਦਿਮਾਗੀ ਹਾਲਤ ਠੀਕ ਨਹੀਂ, ਜਿਸਦੇ ਚੱਲਦਿਆਂ ਉਸਨੂੰ ਕੁਝ ਲੋਕਾਂ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਦੋਂ ਜਾ ਕੇ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੌਜਵਾਨਾਂ ਨੇ ਉਲਟਾ ਫੌਜੀ ਤੇ ਹੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਭੈਣ ਜੀ, ਤੁਹਾਡੇ ਹੱਥ ਫੜਦੀ ਜਿਹੜੀ ਬਾਂਹ ਵੱਡੀ ਗਈ, ਕੀ ਮਾਮਲਾ ਹੈ ਸਾਰਾ? ਜਿਹੜੀ ਦੁਪਹਿਰ ਦੀ ਰੋਟੀ ਖਾ ਕੇ ਅੰਦਰ ਨਿਕਲੇ ਹੋਏ ਸੀਗੇ, ਬਾਹਰੋਂ ਸਾਨੂੰ ਜੋ ਕਿ ਆਵਾਜ਼ ਆਈ, ਜਾਣੀ ਕਿ ਕੋਈ ਬੋਲਦਾ ਪਿਆ। ਅਸੀਂ ਯਕਦਮ ਜਦੋਂ ਨਿਕਲੇ ਹਾਂ ਤਾਂ ਸਾਡਾ ਛੋਟਾ ਮੇਰਾ ਦਿਓਰ ਹੈਗਾ, ਥੋੜ੍ਹਾ ਉਹ ਮੈਂਟਲੀ ਵਿੱਚ ਹੈਗਾ ਆ। ਉਹਨਾਂ ਨੇ ਕਿਸੇ ਨੂੰ ਉਹਨਾਂ ਨੂੰ ਕਿਸੇ ਨੂੰ ਗਾਲ ਕੱਢੀ, ਉਹਨਾਂ ਨਾਲ ਲੜਦੇ ਪਏ ਸੀਗੇ। ਇਹ ਮੇਰੇ ਘਰ ਵਾਲੇ 5-6 ਦਿਨ ਹੋਏ ਛੁੱਟੇ ਆਇਆਂ ਨੂੰ, ਛੁਡਾਉਣ ਵਾਸਤੇ ਨਿਕਲੇ ਸੀਗੇ। ਇਹਨਾਂ ਕੋਲ ਕੋਈ ਹਥਿਆਰ ਨਹੀਂ, ਕੁਛ ਨਹੀਂ ਸੀਗਾ। ਉਹਨਾਂ ਦੋਨਾਂ ਭਰਾਵਾਂ ਨੇ ਡਾਂਟ ਫੜੇ ਹੋਏ ਸੀਗੇ, ਉਹਨਾਂ ਨੇ ਯਕਦਮ ਹੀ ਸਾਡੇ ਹਾਲੇ ਕਹਿੰਦੇ ਡਾਂਟ ਨਾ ਬਾਹਰ ਕੀਤਾ, ਖੱਬੀ ਬਾਂਹ ਤੇ ਕਾਫੀ ਜ਼ਖਮ ਹੋ ਗਿਆ ਹੈ। ਸਾਡੀ ਮੰਗ ਹੈ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੇ ਘਰ ਵਾਲੇ ਨੂੰ। ਫੌਜ ਚ ਛੁੱਟੀ ਆਈ, ਅਸੀਂ 6-6 ਮਹੀਨੇ ਆਪਣੇ ਬੱਚਿਆਂ ਬੰਦਿਆਂ ਨੂੰ ਉਡੀਕਦੇ ਪਏ ਸੀ ਘਰ ਵਿੱਚ, ਜਦੋਂ ਅਸੀਂ ਇਹ ਆਨੇ ਆ ਮੇਰੇ ਬੰਦੇ ਤਾਂ ਕੋਈ, ਅਸੀਂ ਕਦੀ ਕਿਸੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ। ਤੁਹਾਡੇ ਹਸਬੈਂਡ ਕਿਹੜੀ ਜਗ੍ਹਾ ਡਿਊਟੀ ਦੇ ਰਹੇ ਸੀ ਆਰਮੀ ਚ? ਸ਼੍ਰੀਨਗਰ ਉਡੀਕ ਕਰਦੇ ਪਏ ਨੇ। ਕਦੋਂ ਛੁੱਟੀ ਹੈ ਘਰ ਆਏ ਸੀ? ਅਜੇ ਉਹਨਾਂ ਨੂੰ 5 ਦਿਨ ਹੀ ਹੋਏ ਆਇਆਂ ਨੂੰ ਘਰ। ਚੜ੍ਹਦੀ ਕਲਾ ਟਾਈਮ ਟੀਵੀ ਲਈ ਦਸੂਹਾ ਤੋਂ ਅਰਜੁਨ ਜੈਨ ਦੀ ਰਿਪੋਰਟ।